ਕਲਿਆਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸੰਧੂ ਫੈਮਿਲੀ ਵਲੌਗ ਅੱਜ ਦਿਨ ਹੈਗਾ ਜੀ ਐਤਵਾਰ ਦਾ 21 ਨਵੰਬਰ ਹੁਣ ਅਸੀਂ ਚੱਲੇ ਹਾਂ ਸੁਬਹਾ 7:30 ਦਾ ਟਾਈਮ ਹੋ ਚੁੱਕਿਆ ਅਸੀਂ ਚੱਲੇ ਹਾਂ ਮੈਰਿਜ 'ਤੇ ਮੈਂ ਬਿਲਕੁਲ ਰੈਡੀ ਹਾਂ ਪੂਰਾ ਸੂਟ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਊਂਗੀ ਅਤੇ ਚਲੋ ਆਓ ਚੱਲਦੇ ਹਾਂ ਮੈਰਿਜ 'ਤੇ ਅਤੇ ਕਰਦੇ ਹਾਂ ਵਿਆਹ ਇੰਜੋਏ ਵਿਆਹ ਜਿਹੜਾ ਅਸੀਂ ਜਾਣਾ ਹੈ ਮਲੋਟ ਸ਼ਹਿਰ ਜਾਣਾ ਹੈ ਅਤੇ ਸਾਨੂੰ 2-2.5 ਘੰਟੇ ਲੱਗਣੇ ਇੱਥੋਂ ਪਹੁੰਚਣ ਵਾਸਤੇ ਚਲੋ ਆਓ ਚੱਲਦੇ ਹਾਂ ਅਤੇ ਕਰਦੇ ਹਾਂ अपने पंजाब दी फर्स्ट मैरिज इंजॉय आफ्टर 4 ईयर्स। चलो जी रस्ते विच गैसोलीन ते खड़े सी रोजी बरगंदी मुक्तसर साहब विखे ये उन्हां दी क्लिप है। लो जी आपां पहुँच गए मैरिज ते टाइम 10:30 का हो चुकिया है हजे इन्नी ज़्यादा रौनक नहीं गी सब तो पहला मैनूं लगता फस्ट नंबर च असी आए हैं। चलो हुण चलदे हां अंदर ते मिलदे हां फैमिली नूं ते करदे आ मैरिज नूं इंजॉय। ये 4 साल बाद अपनी पहली मैरिज आ जिहड़ी आपां इंजॉय करनी आ पंजाब च। आई होप के आपां फुली इंजॉय करांगे ते तुसीं वी साडे नाल जरूर इंजॉय करोगे मैरिज। ते एक गल मैं तुहानूं दसी नहीं कि मैरिज हैगी किहदी आ। ये मैरिज जिहड़ी है संधू साहब दे भूआ जी दी पोती दी मैरिज आ। ये जिहड़े सामने ग्रीन पग वाले वीर जी खड़े आ इन्हां दी बेटी दी मैरिज आ। चलो हुण आपां करदे आ मैरिज नूं इंजॉय। चलो हुण आपां मिलदे हां ब्राइड नूं ते देखदे हां कि किन्नी कु सोहणी लगदी है। लो जी मिलो साडी गुड़िया नूं बहुत ही सोहणी लग रही है ते बहुत ही प्यारी लग रही है।
ਲਓ ਜੀ, ਦੁਪਹਿਰ ਦਾ ਟਾਈਮ ਹੋ ਗਿਆ ਅਤੇ ਖਾਣਾ ਲੱਗ ਚੁੱਕਾ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਪੇਟ ਪੂਜਾ ਕਰ ਲੈਂਦੇ ਹਾਂ, ਰੋਟੀ ਖਾ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਚੱਲਦੇ ਹਾਂ ਘਰ। ਖਾਣਾ ਖਾ ਕੇ ਹੋ ਗਏ ਹਾਂ ਫ੍ਰੀ ਅਤੇ ਹੁਣ ਆਪਾਂ ਚੱਲਦੇ ਹਾਂ ਘਰ। ਮੈਰਿਜ ਜਿਹੜੀ ਸੀ ਉਹ ਬਹੁਤ ਸੋਹਣੀ ਸੀਗੀ। ਨਰਮਾ ਚੁੱਕ ਕੇ ਅਤੇ ਚੱਲੇ ਨੇ ਘਰ, ਬਹੁਤ ਹੀ ਸਾਰੇ ਖੁਸ਼ ਨੇ, ਤੁਸੀਂ ਦੇਖ ਸਕਦੇ ਹੋ। ਚਲੋ ਜੀ, ਅੱਜ ਦੀ ਵੀਡੀਓ ਮੇਰੀ ਇੱਥੋਂ ਤੱਕ ਹੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਉਹ ਜ਼ਰੂਰ ਪਸੰਦ ਆਈ ਹੋਊਗੀ। ਜੇ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰਿਓ, ਅਤੇ ਜਿਨ੍ਹਾਂ ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਪਲੀਜ਼ ਸਬਸਕ੍ਰਾਈਬ 'ਤੇ ਬਟਨ 'ਤੇ ਜਾ ਕੇ ਪ੍ਰੈਸ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਾ ਵੀ ਬਟਨ ਜਿਹੜਾ ਉਹ ਪ੍ਰੈਸ ਕਰ ਲਓ, ਤਾਂ ਕਿ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਚਲੋ ਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ। ਤਦ ਤੱਕ ਰੱਬ ਰਾਖਾ, ਬਾਏ ਬਾਏ।